मेरे हालात की है तुसी आप चेक कर लो। मेनू तो खैर पता लग नहीं रहे, मेनू ऐ लग रहा भी मेरा जम रहा जिने कुछ। मैनू यही संसा लग गया खड़ा कि इतनी ठंड च मैं जाऊंगा कि मेनू ये नहीं पता। मैं नदी दे बिलकुल विचाल दी जा रहे है, सारी नदी है अब पानी जिम्मे जिथे मतलब लहर सी उथे दी उथे ही लहर रह गई। और ऐदा लगता भी जिम्मे आ मथे का मास है, मैं हाथ लाना इट वांगू फील हुंदा मेनू। सेकंड चार सेकंड इथे तां गड्डियां दी ब्रेक भी नहीं लगती। सत श्री अकाल दोस्तों, स्वागत करते हैं नवे दिन ते नवी वीडियो दे विच। 4 दिसंबर दे सवेर दे 4 बज गए आ ते ट्रेन मेरी बाहर आ गई है, 3:51 ते आ गई है ते 4:21 ते इथों चलूगी। सीगा भाई मेरा होस्टल मतलब होटल सीगा, वैसे उपर ही है मेरे थले ही थे रेलवे स्टेशन, और रेलवे स्टेशन च ये मिल गया सी मैनू जिदे लई मैं पे कीते सी कुछ 1500 Indian rupees 1500 rubles। बाहर खड़ी है भाई ट्रेन, चकीए पासपोर्ट चकीए समान ते चलीए। ਵਧੀਆ ਵੈਸੇ ਉੱਤੇ ਬਣਿਆ ਹੋਇਆ ਸੀਗਾ, ਨਹਾਉਣ ਦਾ ਤਾਂ ਪਤਾ ਨਹੀਂ ਕਿੱਥੇ ਸੀਗਾ। ਚਲੋ ਹੁਣ ਜਾ ਕੇ ਨਹਾਵਾਂਗੇ ਦੁਨੀਆ ਦੇ ਸਭ ਤੋਂ ਠੰਡੇ ਸ਼ਹਿਰ। ਟੈਂਪਰੇਚਰ -50 ਲੱਗਣ ਵਾਲਾ ਹੋਇਆ ਖੜਾ ਉੱਥੇ, ਅੱਜ ਦਾ -47 ਆ ਕੁਛ। ਇੱਥੋਂ ਦਾ ਟੈਂਪਰੇਚਰ ਹੋ ਰਿਹਾ -20°C ਤੇ 4:12 ਕਿਵੇਂ ਦਿਖਾ ਰਿਹਾ ਇਹ, ਮੇਰੇ ਕੋਲ ਤਾਂ ਟਾਈਮ ਘੱਟ ਦਿਖਾ ਰਿਹਾ। ਵੈਗਨ ਨੰਬਰ 3 ਆ ਬਈ ਮੇਰੀ, ਲੋ ਬਈ ਆ ਗਿਆ ਉੱਤੇ। ਠੰਡ ਬੜੀ ਆ, ਸੁੰਦਰ ਹੀ ਕਰ ਰਹੇ ਆ ਇਹ। ਸਵੇਰੇ ਮੈਂ ਉੱਥੋਂ ਚੜਿਆ, ਉਹ 4:12 ਲਿਖਿਆ ਹੋਇਆ ਸੀਗਾ, 4 ਤਰੀਕ 12ਵਾਂ ਮਹੀਨਾ, ਕਿਉਂਕਿ ਆ 4 ਦਸੰਬਰ ਆ। ਤੇ ਮੈਂ ਕਿਹਾ ਕਿਤੇ ਯਾਰ ਟ੍ਰੇਨ ਦਾ ਟਾਈਮ ਹੀ ਹੋ ਗਿਆ, 2-4 ਮਿੰਟ ਪਹਿਲਾਂ ਤਾਂ ਬੰਦ ਕਰ ਦਿੰਦੇ। ਮੈਂ ਛੇਤੀ ਚੜਿਆ, ਫਿਰ ਠੰਡ ਸੀਗੀ, ਅੰਦਰ ਹਨੇਰਾ ਸੀਗਾ ਤੇ ਮੈਂ ਸੌ ਗਿਆ ਯਾਰ, ਨੀਂਦ ਆ ਰਹੀ ਸੀ ਮੈਨੂੰ ਵੀ। ਫਿਰ ਉੱਠਿਆ, ਉੱਠ ਕੇ ਬਈ ਕਿਆ ਮਾਹੌਲ ਚੱਲ, ਦੁਪਹਿਰ ਦੇ 12 ਵਜ ਗਏ ਆ। ਫਿਰ ਮੈਂ ਆ ਗਿਆ ਬਈ ਇੱਥੇ ਇੱਕ ਰੈਸਟੋਰੈਂਟ, ਇੱਥੇ ਰੈਸਟੋਰੈਂਟ ਸਲਾਦ ਮਿਲਿਆ ਤੇ ਚੌਲ ਮਿਲ ਗਏ ਆ, ਤੇ ਉਹ ਖਾਣੇ, ਉਸ ਤੋਂ ਬਾਅਦ ਚਾਹ ਕਾਫੀ ਪੀਵਾਂਗੇ। ਇੱਥੇ ਮਾਹੌਲ ਦੇਖੋ ਤੁਸੀਂ, ਕ੍ਰਿਸਮਸ ਆ ਰਹੀ ਹੈ ਨਾ ਬਈ, ਆਪਣੇ ਚੌਲ ਨਾਲ ਟਮਾਟਰ ਟਮੂਟਰ ਤੇ ਇੱਧਰ ਵੀ ਇੱਕ ਸੈਲਡ ਆ। ਚੌਲ ਹੈਗਾ 180 ਰੂਬਲ ਦਾ, ਹੈਗਾ 200 ਰੂਬਲ ਦਾ, ਕੁਆਂਟਿਟੀ ਕਾਫੀ ਘੱਟ ਆ ਯਾਰ। ਚਲੋ ਖਾਣੇ ਆ, ਕੁਛ ਨਾ ਕੁਛ ਤਾਂ ਬਣੂਗਾ ਹੀ। ਖਾ ਲਿਆ ਖਾਣਾ ਤੇ ਚੱਲੀਏ ਹੁਣ, ਕੁਛ ਭਰ ਕੇ ਰੱਖਦੇ ਆ ਕੁਛ, ਪਤਾ ਨਹੀਂ ਕਾਹਦੇ ਲਈ, ਮਿੱਟੀ ਟਾਈਪ ਦਾ, ਮਿੱਟੀ ਹੀ ਆ, ਮਿੱਟੀ ਟਾਈਪ ਦਾ ਤਾਂ ਕੀ ਆ, ਆ ਦੇਖੋ ਯਾਰ, ਆ ਜੰਮ ਜਾਂਦੀ ਬਈ। ਯਾਰ ਮੈਂ ਉਹ ਜਦੋਂ ਹੁਣ ਆ ਰਿਹਾ ਸੀ ਨਾ ਤੇ ਮੈਂ ਆਹ ਬੰਦ ਕਰਤੀ, ਤੇ ਆਹ ਮੈਂ ਖੋਲੀ ਨਹੀਂ, ਖੁੱਲੀ ਨਹੀਂ ਮਤਲਬ, ਆਹ ਦੇਖੋ ਹੁਣ ਨਹੀਂ ਖੁੱਲਦੀ, ਫੋਨ ਗੇਅਰ ਚ ਪਾ ਖੋਲਣੀ ਪਊ। ਅਭੀ ਇੱਥੇ ਇੱਕ ਸਟੇਸ਼ਨ ਆਇਆ, ਉੱਥੇ ਉਤਰਨ ਲੱਗਿਆ, 40 ਮਿੰਟ ਦਾ ਸਟਾਪ ਹੈ ਇੱਥੇ। ਪਿਛਲੀ ਵਾਰ ਵੀ ਮੈਂ ਇੱਥੇ ਰੁਕਿਆ ਸੀਗਾ, ਮੈਂ ਸੀਗਾ ਮੇਰੇ ਨਾਲ ਨਵਨਕੁਰ ਬਾਈ ਸੀਗੇ, ਤੇ ਅਸੀਂ ਇੱਥੇ ਫੋਟੋ ਖਿੱਚੀ ਸੀ, ਉਹ ਫੋਟੋ ਮੈਂ ਇੰਸਟਾਗ੍ਰਾਮ ਤੇ ਪੋਸਟ ਵੀ ਕੀਤੀ ਹੋਈ ਆ, ਇਸ ਵਾਰ ਦੁਬਾਰਾ ਖਿੱਚੂਗਾ ਮੈਂ। ਬਈ ਰਸ਼ੀਆ ਦੇ ਵਿੱਚ ਹੁਣ ਪੁਰਾਣੀ ਟ੍ਰੇਨ ਕੋਈ ਨਹੀਂ ਬਚੀ, ਮੈਨੂੰ ਲੱਗਿਆ ਸੀ ਕਿ ਸ਼ਾਇਦ ਇਹ ਟ੍ਰੇਨ ਪੁਰਾਣੀ ਹੋਵੇ। ਪਿਛਲੀ ਵਾਰ ਜਦੋਂ ਮੈਂ ਆਇਆ ਸੀ ਨਾ, ਇੱਕ ਇਸੇ ਰੂਟ ਤੇ ਪੁਰਾਣੀ ਟ੍ਰੇਨ ਸੀ ਇਹੀ ਵਾਲੀ, ਪਰ ਬਈ ਹੁਣ ਇਹ ਟ੍ਰੇਨ ਵੀ ਨਵੀਂ ਹੋ ਗਈ, ਅੰਦਰ ਬਿਲਕੁਲ ਸਾਰਾ ਕੁਝ ਡਿਜੀਟਲਾਈਜੇਸ਼ਨ ਸਾਰੀ ਕਰ ਦਿੱਤੀ ਗਈ ਹੈ ਇਹਦੇ ਵਿੱਚ ਨਾ। ਟੈਂਪਰੇਚਰ ਇੱਥੋਂ ਦਾ -15°C ਆ। ਅੱਛਾ ਮਾਲ ਗੱਡੀ ਹੋ ਗਈ, ਉਹਦਾ ਝਟਕਾ ਲੱਗਿਆ ਹੋਊਗਾ ਆਵਾਜ਼ ਆਈ ਜਿਹੜੀ, ਤੇ ਇੱਥੋਂ ਹਲੇ 18-19 ਘੰਟੇ ਹੋਰ ਲੱਗਣਗੇ ਮੈਨੂੰ ਦੁਨੀਆ ਦੀ ਸਭ ਤੋਂ ਠੰਡੀ ਸਿਟੀ ਪਹੁੰਚਣ ਲਈ, ਯਾਕੁਸਕ। ਤੇ ਇਹ ਇੱਕ ਨੈਰੰਗਰੀ ਸਟੇਸ਼ਨ ਆ, ਔਰ ਨੈਰੰਗਰੀ ਸਟੇਸ਼ਨ ਤੋਂ ਵੀ ਲੋਕ ਬਹੁਤ ਸਾਰੇ ਟ੍ਰਾਂਜ਼ਿਟ ਕਰਦੇ ਆ ਯਾਕੁਸਕ ਲਈ, ਕਿਉਂਕਿ ਇੱਥੇ ਹੋਰ ਇੱਕ ਅੱਧੇ ਰੂਟ ਤੋਂ ਵੀ ਟ੍ਰੇਨ ਆਉਂਦੀ ਹੈ, ਸ਼ਾਇਦ ਇਰਕੁਸਕ ਤੋਂ ਟ੍ਰੇਨ ਆਉਂਦੀ ਹੈ ਇੱਥੇ, ਤੇ ਇੱਥੋਂ ਅੱਗੇ ਜਿਹੜੀ ਆ ਯਾਕੁਸਕ ਜਾਂਦੀ ਹੈ। ਪਰ ਮੋਸਟਲੀ ਲੋਕ ਸਕੋਵੋਰੋ ਦਿਨੋਂ ਤੋਂ ਹੀ ਕਰਦੇ ਆ, ਜਿੱਥੋਂ ਮੈਂ ਪਿਛਲੀ ਵਾਰ ਵੀ ਕੀਤਾ ਸੀ ਔਰ ਇਸ ਵਾਰ ਵੀ ਮੈਂ ਕਰ ਰਿਹਾ। ਔਰ ਇਹ ਟ੍ਰੇਨ ਦੇ ਵਿੱਚ ਰੈਸਟੋਰੈਂਟ ਵੀ ਹੈਗਾ ਜਿਹੜਾ ਮੈਂ ਗਿਆ ਸੀਗਾ, ਔਰ ਆ ਸਾਹਮਣੇ ਰੈਸਟੋਰੈਂਟ, ਔਰ ਉਹਦੇ ਬਾਹਰ ਲਿਖਿਆ ਵੀ ਹੁੰਦਾ, ਤੁਹਾਨੂੰ ਉਹ ਪੈਕਟੋਪਾ ਲਿਖਿਆ ਲੱਗ ਰਿਹਾ ਹੋਊਗਾ, ਲੇਕਿਨ ਦਰਅਸਲ ਉਹ ਰੈਸਟੋਰੈਂਟ ਲਿਖਿਆ ਹੋਇਆ। ਜਿਹੜੀ ਇੰਗਲਿਸ਼ ਲੈਂਗੁਏਜ ਹੈ ਨਾ, ਉਹ ਰਸ਼ੀਅਨ ਤੋਂ ਹੀ ਬਣੀ ਹੈ, ਰਸ਼ੀਅਨ ਵੀ ਇਸ ਚੀਜ਼ ਨੂੰ ਮੰਨਦੇ ਨੇ, ਲੇਕਿਨ ਹਾਂ ਕਈ ਇੰਗਲਿਸ਼ ਸਪੀਕਿੰਗ ਦੇਸ਼ ਆ ਜਿਹੜੇ ਉਹ ਮੰਨਦੇ ਨਹੀਂ। ਪਰ ਹਾਂ ਇਹ ਸੱਚੀ ਗੱਲ ਆ ਬਈ, ਪਤਾ ਵੀ ਲੱਗਦਾ ਕਿ ਰਸ਼ੀਅਨ ਤੋਂ ਹੀ ਇੰਗਲਿਸ਼ ਜਿਹੜੀ ਆ ਨਿਕਲੀ ਆ।
ट्रेन ताले रुकू गई 40 मिनट हले तक 10 मिनट होया रुकी नू। मैं सोचा कुछ खाण ले लिया जी, लस्सी मिल जाए तो वधिया। हुण तुसीं कहोगे इन्नी ठंड च लस्सी, बई नज़ारा लस्सी का आउंदा क्योंकि एनर्जी है ना लस्सी बहुत ज्यादा दिंदी है। लस्सी, दही होगी, दुध, घ्यो, इन्हां चीज़ां दा मैं काफ़ी ज्यादा शौकीन हाँ। दुध थोड़ा जिहा घट, लस्सी दही ते घ्यो दा तां मैं ज्यादा ही हाँ। शायद इहदे अंदर हो सकदी है बई, इह स्टेशन दी बिल्डिंग है। और अंदर एक देख रहे इन्हां कोल मिलदा कि नहीं मिलदा कुछ। लो बई लस्सी मिल गई, एक स्नीकर लियांदी, एक पानी लियांदा। शाम का माहौल रेस्टोरेंट का कितना वधिया बनाया है। ट्रेन का पूरी लाइटां लूटां ला के पसी वा स्टेशन ते रुके हैं। टेंपरेचर हो रहा -27 डिग्री इत्थे। पता नहीं कितने जंगल जे जी आया एक स्टेशन, बस छोटा जा बनया हुआ, बाकी सारा इधर जंगल ही देख रहा। भाई मार रहा गल्ला तक जाबूत दीमा अरे शो कुदा पिदाई यकुत यो सांग सिकुत का खारो शो। भाई फोटो लेना नहीं हटदा, ठंड बड़ी है भाई। -27 तो इतने ही हो रहा है। भाई मैनू छेड़ रहा कहिंदा -40-45 हो जाना। यकुतिया सोरख मीनस सोरख छेड़ा बुआ सोरख दुआ सोरख दुआ सोरख दुआ। भाई कहिंदा 42 डिग्री सेल्सियस है। -53 डिग्री हो जाना एक दिन बाद। चुचुत पानी मैज रुसकी खराश प्रीवियस भाई वीडियो बना रहे नाल नाल भालू दे पैड़ां दे निशान है। मैं पहले कदे पानी कह रहा मेनू एक दो वर्ड समझ आउंदे तां फिर पता लगदा। ओ निशान दस रहा भालू दे, पता नहीं किसे जानवर दे पैड़ां दे निशान कह रहा। भाई देख लो जंगल ही है इधर सारा, इहने भाई ने पीती हुई है। सारे पीन आले मार दे गल्लां दा, इह चीज मैं देखी है गल्लां पी के सुझ दियां सारिआं नूं। कहिंदा जिहड़ी लैना रिवर आ जम चुकी आ ते कहिंदा भाई उहदे उत्तों दी गड्डियां चल रही आ। खैर मैं तां इक रुड़न जी वाली बोट हुंदी आ उह कीती आ। शराब बोला हां अब तो यस दा शराब समझरी हां। भाई अंदर आ जा कहिंदा ठंड लगन लग गई उहनूं, दारू पीती जिहनूं पता नहीं लग्गिआ पहलां। हुण दस रहा कहिंदा उहनूं कौन जाऊगा हैरान हो गया। कहिंदा भाई इन्नी ठंड सी किवें जाएगा, कहिंदा उत्थे तां मैं नहीं जावां। ओ चिन को लांदा ना स्कुलका स्कुलका मीनस स्कुलका यकुत्स्की सोरख सेम उइमे कौन स्कुलका उइमे कौन सिचास 53 भाई कहना तू कहना यार बहुत खतरनाक काम कर रहे। कहना बोलते समझा रहा मेनू की लिख रहा है पता नहीं, मेनू भी समझ नहीं आ रही। गूगल दादा गूगल यस गूगल तो हैगा मेरे को, भाई ने गूगल जी यू जी एल ही लिखता। भाई जान ही नहीं दिंदा यार। मैं क्या मैं जाना, कहना भाई कहना तड़के आजूगा इंटरनेट नहीं जान देना। Север это очень холодно. Да, 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 да. Ты понимаешь там? Да. Вот сейчас здесь даже 30 градусов нету. Айн мне и санца лаг гя хада ки ни ठंड ते मैं जाऊंगा कि मैंने ये नहीं पता, मैं जाके आ चुका ऑलरेडी। Тёплого вагона 42 будет. А, да, да. Туман будет. Да. Туман. Когда ты в Якутск переберешься, у тебя трансфер есть?
असली कहना तू उत्ते का जगाड़ ता खरीद लिया, थले का भी खरीद, कहना कल -47 degrees है दा। Потом Якутия, да. Не. А. Из поезда выйти, доехать до Якутска. Поезд? Вот в этом. Да-да, поезд, лодка, Якутия. Это еще вот столько расстояния. Да-да-да-да. И ты хочешь вот в этой хуйне доехать? Я нет, хорошо? Нет. Нехорошо. Это вообще, это... Огана, огана. Сними штаны и иди пешком. Да. Да, гуд, хорошо. Вот такое должно быть у тебя из поезда выходя. Да. Джимми, да, оген. Байна, гана, чална, газига. Джимми, аджа. पूरी लोर जा भाई। यार जिमी आजा आजा करो शो मैं पूछने में था दादा, ये हमारा सोवियत का ट्रेन च पता नहीं की धुआं हो गया, सायरन वजन लग गया सी, अग लग गई हुंदी है जड़ा, वो वाला सायरन सीगा। सो मेरे सामने वाले ने तभी सीट बदल ली, तो मैनू भी कह रहा कि सीट बदलो, हुण मैं सोच रहा सीट बदल ही लवां, यार धुआं हो गया, साह नहीं आ रहा, पता नहीं की अग लग गई सी की कुछ गलती नाल कुछ हो गया सीगा, पुलिस आ गई सी, सायरन वजन लग गए उच्ची उच्ची, हुण सीट बदल रहा यार। भाई सवेरे सवेरे उठा, टेम्परेचर देखो बाहर का हो रहा -48, अंदर का 25 किया बैनर ने कंट्रोल्ड, थलों की पाने वाले मैं थोड़े जे होर कपड़े कट ले है, क्योंकि टेम्परेचर -50 हो रहा भाई, नंजा मतलब 50 ही मनो, उत्थे तो -53 दिखाया गया, सामने बिलकुल ही दिसनों हट गया, देखो किवें धुंद आ रही है, मतलब धुंद नहीं है बर्फ ही उड उड के आ रही है, ट्रेन जो चलती है पता नहीं किन्नी होनी अगे बर्फ, ट्रेन नु किदां दिख रहा होगा ये सोच के हैरान हाँ मैं। 9 बजे पहुंच गए हैं दुनिया के सब तो ठंडे शहर, उतरन लगे हैं, -50 degrees हो रहा बाहर, तो मैं तो सारा कुछ पा लिया, हुण दूजा दस्ताना भी पाऊंगा इस तो पहला हालात खराब होण, एक सेकंड लई भी मैं हाथ बाहर नहीं कढ पा रहा, आ पिछे ट्रेन सी रह गई बई, वह सामने बस खड़ी है, मैं जाना फिर गलबात करूंगा। बई मैं बस च आ गया डिगदा ढेंदा, वह है निजनी बस त्याग का स्टेशन, आ देखियो आई बस उस तो बहर आए तो ऐ खड़े आ, -50 degrees सोच सकते हो यार की टेंपरेचर होंगे, लोग इदा ढक ढक के चल रहे ने, लोकल लोग भी जो मूँह ढकन लग जाए तो समझ लो टेंपरेचर बहुत ज्यादा, और सामने देखियो बई वो बर्फ के उन्होंने डिजाइन बनाते हुए आ, और वो मतलब खुरन गए नहीं, -50 कितने खुरजू, हाले आप इतों बस लैके जाना एक लोधका वोगजाल मतलब की बोट का वोगजाल है, नदी है लेना रिवर, वो वैसे तो जम ही गई होगी क्योंकि इन्नी ठंड है, एक रुड़न जी वाली बोट होंगी है, वो नाल लैके जाएंगे, मैं पिछली बार भी वो ते गया सीगा, पिछली बार तो खैर मैं इस तो महीना पहला आया सी, वो तो टेंपरेचर -28-30 दे नेड़े तेड़े सीगा, पर हुण तो प्रॉपर ही हो गया, इत्थे आम दिन टेंपरेचर -55-60 आम रहिंदा। आपदे हालात दिखावा तो कुछ इदा दे ने बई, बस के अंदर भी मैं ऐ बैठा होया, साफ ला लो अज होने वाली है हम तसली, कल -53 अज -53 degrees दसिया गया, मैं कल दाम को भी कल का देख रहा है -47 और कल -58 degrees दसिया गया, मिनीम टेंपरेचर जरा जाऊगा क्योंकि बर्फ नहीं पैनी हूँ, आने वाले 4-5 दिन बर्फ पेगी तो फिर -10-15 हो जाऊगा। इतने ला दस ओके
लो भी बस ने लाता इथे ते भाई सामने गड्डियां तां नदी दे उत्तों दी जा रही हैं। जो सामने देख रहे हो नदी है, लेना रिवर है मेरे सामने, गड्डियां जा रही हैं। पर हाँ मैं तो हुण यार दे चुका 1800, तां इत्थे जाना पैना अज जिहड़ी खड़ी हुई है। ते सारे होर भी जाणगे, वैसे बाय टैक्सी जाया जा सकदा। जो देखो सामने सारियां कारां नदी दे उत्तों दी जा रही हैं। नदी बहुत वड्डी है, 8-9 किलोमीटर चौड़ी होगी शायद, पता नहीं 4 है 5 है, काफ़ी है मतलब। चलो मैं पहले इतों उतर ला, इस तो पहले डिगा, पिछली बार तो पानी सीगा ऐतकी का। बई देखो बई स्टार्ट हो गई है हमने, देखो किवें पिछे बर्फ धूड़ा पट्टूगी, देखा पखा जा नेरी ढा दूगा। बहुत धूड़ा पट्टा बई ये यार, जा सकते सी। देखो सारिया कारा कूरा आ जा रही खरश चतीरी चतीरी आ रात आला बई फिर आ गया, ये कहना सही नहीं गा ये भी नाल ही है भाई। ओ देखो वाह, ओ भाई साहब गई गई गई, ये देखो ये पीछे गड्डियां गई हैं जा रही हैं सारी। एक सेकंड लई भी मैं हाथ बाहर नहीं कढ़दा फोन चला के ओहदे च पाणा। देखो मेरे ग्लव्स देखो किदां दे आ भाई साहब, इत्थे सारे इत्थे खिंचदे इक अद्धी फोटो फिर इहदे अंदर वेट करदे आ जद तक लोधक अपनी आ नहीं जांदी। दादा दादा इत्थे अंदर आ गए आ, उत्थे कैफे कूफे कुछ दिखता रहा नहीं, सारी धुंद चढ़ी जा रही है भाई कैमरे अगे, हीटर चल रहा। यह सारी जिनी देख रही है भी लैना रिवर है, 8-9 किलोमीटर पै जांदा मतलब पूरा पिंड इदा इदा जांदे आ। ओह पूरी रोड बनाती हुई है, जो किवें गड्डिया जा रही हैं, ऑलमोस्ट जा रहा है यार सारा कुछ ही। वड्डी बस भी जाती है वैसे, 18-18 ट्रेले ट्राले लंघ दे उत्तों दी, तो काफी वड्डियां आ रही हैं यार। आ रही है भाई शायद एक बोट है जिहड़ी होवर बोट कहिंदे आ वैसे इहनू, रशियन दे विच लोधका कहिंदे आ। सारे हो गए तैयार, मेरा भी आ देख लो ग्लव्स देख लो मेरे किड्डे किड्डे ऐहे आ, इन्ना इन्ना बिना नहीं गल बन सकदी। रात भी ट्रेन दे विच कोई धुआं धुआं जा हो गया सी, कोई काम कुम जा कर रहे सी उत्थे, तो थल्लों धुआं वड़ गया सीगा तां करके चक्कर पै गया सी, फिर मैनूं सीट बदलनी पई, मैं कहते अग ही लग गई, सायरन तां भाई अग वाला ही वजना सीगा। वेट करदे आ इत्थे भाई, बाहर मैं देखा हुणे फोटो देखी आ उहदी, मेरियां अखां ते सीलियां तक भी जम गईआं सी देख लो, दुबारा बाहर जाऊंगा दुबारा फिर जम जाणगीआं सारिआं दीआं जम जाणगीआं। इत्थे लगी हुई है पानी दी मशीन, पानी पी लईए, गर्म पानी भी आउंदा ही होगा मेरे हिसाब नाल तां इहदे विच दी। इत्थों दी कीड़ा आउंदा अच्छा, ये तो ठंडा लगता मैं। लो भाई आ गए ये समान, मेरा भाई ने इतने ही रखता, उत्ते जगह है नहीं सी, देखो जाती है धूड़ा पड़ती हूँ पिछली बार तो मैं ता जाना पिया सी उदो -27-28 दे विच, थोड़ा थोड़ा पानी चल रहा सी उदो, ज्यादा रिस्की हुंदा काम, पर हुण तो यार आलका सारिया गड्डिया आ रही, सोच आ जाओ किन्नी डूंगी ते वड्डी नदी, एक दरिया ही कह लो इहनू, नदी दे बिलकुल विचाल दी जा रहे हैं, सारी नदी है आ पानी, जिवें जिथे मतलब लहर सीगी उत्थे दीआं उत्थे ही लहरां रह गईआं देख लो हैं। अज देख रहे ना तुहानू ये लहरां ने वी जिवें चलदीआं लहरां रह गईआं उत्थे ही रह गईआं, जम गया टेंपरेचर, आ देखो देखो यार कुदरत है किन्नी ठंड है भी, बर्फ दी पानी दी लहर जिथे रह गई ना उन्हूं भी थले नहीं मुड़न दिता, सोचो नहीं तो पानी नूं मुड़दे नूं किन्ना क टाइम लगता, उत्थे ही रह गई उदा ही। लोगों ने राह बना लिया, देखो गड्डी चली है 18-18 टायरे ट्राले दे उत्तों दी लंघा देंदे आ। लो भी इत्थे उतर गए आ, ये आ गई होवर बोट कहंदे इहनू, लेना ट्रांस लिखा भी होया, सारी लेना रिवर है। दा बैग लैके उत्ते जाना पऊगा, उत्थों टैक्सी वगैरह करदे आ ते देखदे आ चलदे आ होस्टल, एक बुक कीता तां होया बई कुछ भी नहीं दिख रहा, सारी बर्फ है ना, मैनूं लगदा उत्ते ही जम गई बर्फ, तुसीं इदां गर्म पानी भी जे सट्टो ना थले नहीं आउंदा, उह इदां दा सिस्टम है दुनिया च, इस तों ठंडा कुछ नहीं हो सकदा बई, कुछ भी नहीं हो सकदा। मोस्टली मैनूं पिछली बार जदों मैं आया सी तां कैनेडा तों बहुत कमेंट सीगे कि भाई इदां दा देखण नूं हो सकदा, लेकिन कनेडा ते जिहड़ा खासकर साइबेरिया दा यकुस्क वाला रीजन है
ਨੇੜੇ ਤੇੜੇ ਵੀ ਨਹੀਂ, ਮਤਲਬ ਜ਼ਮੀਨ ਅਸਮਾਨ ਦਾ ਫਰਕ ਹੈ, ਇੱਦਾਂ ਕਹਿ ਸਕਦੇ ਹੋ ਤੁਸੀਂ। ਕੰਟੀਨਿਊਸਲੀ ਜਿਹੜਾ ਕੈਨੇਡਾ ਦੇ ਵਿੱਚ ਟੈਂਪਰੇਚਰ ਰਿਕਾਰਡਡ ਵੀ ਨਹੀਂ ਕੀਤਾ ਗਿਆ ਹੋਣਾ ਨਾ, ਮੰਨ ਲਓ ਅੱਜ ਹਿਸਟਰੀ ਦੇ ਵਿੱਚ ਕਦੇ, ਇੱਥੇ ਆਮ ਹੁੰਦਾ। ਪਿਛਲੀ ਵਾਰ ਇੱਥੇ -65°C ਹੋ ਗਿਆ ਸੀਗਾ, ਔਰ ਇਸ ਵਾਰ ਕਿਹਾ ਜਾ ਰਿਹਾ -67 ਤੱਕ ਜਾ ਸਕਦਾ, ਅਨੁਮਾਨ ਹੈ, ਹਿਸਾਬ ਲਾ ਲਓ ਤੁਸੀਂ। 64.3 ਪਤਾ ਨਹੀਂ ਕਿੰਨਾ ਹੋ ਗਿਆ ਸੀ ਪਿਛਲੀ ਵਾਰ। ਆਮ ਹੁੰਦਾ ਇੱਥੇ, ਦੇ ਲਓ -50-55 ਆਮ ਆਮ ਗੱਲ ਹੈ। ਬੈਗ ਧੂਗੇ ਲੈਣਾ ਪੈਣਾ ਉੱਤੇ, ਕਹਿੰਦਾ ਮੇਰੀਆਂ ਅੱਖਾਂ 'ਤੇ ਸਾਰਾ ਕੁਛ ਜੰਮ ਗਿਆ ਹੋਊਗਾ ਬਈ, ਪਤਾ ਨਹੀਂ ਲੱਗ ਰਿਹਾ, ਇੱਦਾਂ ਲੱਗ ਰਿਹਾ ਵੀ ਹਾਂ ਬਈ ਜੰਮਿਆ। ਮੈਂ ਕਰਦਾ ਯੰਡਕਸ ਬੁੱਕ ਕਰਦਾ, ਫਿਰ ਉਸ ਤੋਂ ਬਾਅਦ ਬਈ ਹੋਸਟਲ ਚੱਲਾਂਗੇ, ਬਹੁਤ ਠੰਡ ਆ। ਟੈਕਸੀ 'ਚ ਬੈਠ ਗਏ ਹਾਂ, ਚੱਲ ਪਏ ਹਾਂ, ਇੱਥੇ ਕਿਸੇ ਨੂੰ ਲਾਉਣਾ ਸੀ, ਉਹਨਾਂ ਨੂੰ ਲਾਹ ਤਾ, ਅਤੇ 400 ਰੂਬਲ ਲਊਗਾ ਬਾਈ ਸ਼ੇਅਰਿੰਗ 'ਚ ਵੀ ਬਾਈ, ਸਿਰਫ 2 ਕਿਲੋਮੀਟਰ ਜਾਣ ਦੇ। ਬਾਹਰ ਨਹੀਂ ਦਿਸ ਰਿਹਾ ਬਾਈ ਕੁਛ ਵੀ, ਦੇਖਿਓ ਧੁੰਦ ਹੀ ਧੁੰਦ ਦਿਸ ਰਹੀ ਹੈ, ਮੈਂ ਫੋਕਸ ਕਰੂੰਗਾ ਫਿਰ ਵੀ ਨਹੀਂ ਦਿਖਣਾ। ਦੇਖੋ ਇੱਥੇ ਲਾਇਆ ਮੈਨੂੰ ਟੈਕਸੀ ਵਾਲੇ ਨੇ, ਬਹੁਤ ਪੈਸੇ ਲੈ ਲਏ ਬਾਈ ਨੇ, ਚਲੋ ਕੋਈ ਨਹੀਂ, ਇਹਦਾ ਕੰਮ ਆ ਬਾਈ, ਇੰਨੀ ਠੰਡ 'ਚ। ਆਹ ਸਾਹਮਣੇ ਲੱਗਦਾ ਇਹੀ ਹੋਸਟਲ ਰਿਹਾ ਬਾਈ, ਚੱਲ ਕੇ ਦੇਖਦਾ, ਹੱਥ ਢੱਕਾਂ ਇਸ ਤੋਂ ਪਹਿਲਾਂ ਮੇਰੀਆਂ ਉਂਗਲਾਂ ਜੰਮ ਜਾਣ। ਉਹ ਤਾਂ ਨਹੀਂ ਸਾਹਮਣੇ ਕਿਤੇ, ਆਹੀ ਲੱਗਦਾ ਯਾਰ। ਔਰ ਇੱਥੇ ਘਰ ਨਾ ਉੱਚੇ ਬਣਾਏ ਜਾਂਦੇ ਆ ਪਤਾ, ਧਰਤੀ ਨਾਲੋਂ। ਇਹ ਮੈਂ ਬਾਅਦ 'ਚ ਦਿਖਾਉਂਦਾ ਤੁਹਾਨੂੰ, ਖੜ੍ਹ ਜਾਓ ਪਹਿਲਾਂ ਅੰਦਰ ਚੱਲਾਂ। ਹੋਸਟਲ ਮੈਂ ਆ ਗਿਆ ਸੀਗਾ, ਅਤੇ ਆਹ ਦੇਖਿਓ ਹੋਸਟਲ ਦਾ ਗੇਟ ਆ, ਇਹ ਪਹਿਲਾ ਗੇਟ ਨਹੀਂ ਹੈ, ਦੂਜਾ ਗੇਟ ਹੈ। ਔਰ ਦੇਖਿਓ ਬਰਫ਼ ਕੀ ਹਾਲ ਹੈ ਬਈ ਇੱਥੋਂ ਦੇ। ਅੰਦਰ ਤਾਂ ਮਾਹੌਲ ਠੀਕ ਹੈ, ਟੈਂਪਰੇਚਰ 20-25 ਕੀਤਾ ਹੋਊਗਾ, ਤਾਂ ਸੁਵਿਧਾ ਨਹੀਂ ਆ। ਆਹ ਦੇਖੋ ਬਈ ਇਹ ਦੂਜਾ ਗੇਟ ਹੈ, ਇਹ ਸਾਰ ਉੱਤੇ ਹਾਂ ਲਾਈਟ ਲੱਗੀ ਹੋਈ ਆ, ਬਾਹਰ ਨਹੀਂ ਆਇਆ ਮੈਂ। ਇਹ ਦੂਜਾ ਗੇਟ ਹੈ ਵੀ ਬੰਦ ਹੈ, ਸਾਰੀ ਕੰਧ 'ਤੇ ਬਰਫ਼ ਜੰਮੀ ਆ, ਕੰਧ ਦੇ ਉੱਤੇ ਆ ਦੇਖਿਓ, ਮੈਂ ਹੱਥ ਲਾਊਂਗਾ, ਦੇਖੋ ਆਹ ਦੇਖ। ਅਤੇ ਆਹ ਗੇਟ ਹੈ, ਇੱਥੋਂ ਆਪਾਂ ਬਾਹਰ ਜਾਣਾ, ਹੁਣ ਆਪਾਂ ਬਾਹਰ ਆਏ ਹਾਂ। ਹਿਸਾਬ ਲਾ ਲਓ ਵੀ ਕਿੰਨੀ ਕੁ ਜ਼ਿਆਦਾ ਠੰਡ ਹੈ, ਜਿਸ ਹਿਸਾਬ ਨਾਲ ਤੂੰ ਚੱਲਿਆ। ਮੈਂ ਕਿਹਾ ਮੇਰੇ ਕੋਲ ਲਿਮਿਟਡ ਕੈਸ਼ ਹੈ, ਮੈਂ ਬੱਸ 'ਤੇ ਜਾਣਾ ਪੈਣਾ ਮੈਨੂੰ, ਨਹੀਂ ਤਾਂ ਮੈਂ ਟੈਕਸੀ ਕਰਾਂ, ਜੇ ਜ਼ਿਆਦਾ ਹੀ ਗੱਲ ਬਣਦੀ ਦੀ ਸੀ ਮੈਂ ਵੜ ਜੂੰਗਾ ਇੱਥੇ ਕਿਤੇ ਮਾਰਕੀਟ ਮੂਰਕੀਟ 'ਚ ਬਈ। ਮਤਲਬ ਠੰਡ ਕਿਹਾ ਤਾਂ ਕੀ ਕਿਹਾ ਇਹਨੂੰ, ਦੇਖੋ ਹੈਂ। ਓਏ ਹੋਏ ਹੋਏ ਹੋਏ, ਇੱਥੋਂ ਹੀ ਕਿਤੋਂ ਕਹਿ ਰਹੇ, ਦੇਖਿਓ ਸਾਰੇ ਦਰਖਤਾਂ ਦੀ ਇੱਕ ਇੱਕ ਟਾਹਣੀ ਦਾ ਨਾ, ਜਿਹੜੀ ਟਾਹਣੀ ਟਾਹਣੀ ਤੱਕ ਦੇਖ ਲਓ, ਆਹ ਦੇਖ ਲਓ ਐਂ ਜੰਮੀ ਪਈ ਆ, ਔਰ ਉੱਤੋਂ ਤੱਕ ਸਾਰੀ। ਮੈਂ ਗੱਲ ਕਰ ਰਿਹਾ ਸੀਗਾ ਕੈਨੇਡਾ ਦੀ, ਮੇਰੇ ਬਹੁਤ ਸਾਰੇ ਪਿਆਰੇ ਪਿਆਰੇ ਸੋਹਣੇ ਸੱਜਣਾ ਮਿੱਤਰਾਂ ਦੇ ਆਉਂਦੇ ਰਹਿੰਦੇ, ਪਿਛਲੀ ਵਾਰ ਵੀ ਆਇਆ ਸੀਗਾ ਕਿ ਬਾਈ ਕੈਨੇਡਾ ਦੇ ਵਿੱਚ ਵੀ ਬਹੁਤ ਠੰਡ ਪੈਂਦੀ ਆ। ਦਰਅਸਲ ਅੱਜ ਤੁਸੀਂ ਚੈੱਕ ਕਰ ਲਓ ਕੈਨੇਡਾ ਦਾ ਵਿਨੀਪੈਗ ਦਾ ਟੈਂਪਰੇਚਰ, ਅੱਜ ਦਾ -4 ਹੈ, ਓਟਾਵਾ ਦਾ +4 ਆਇਆ ਪਿਆ, 0 ਹੈ। ਕੈਨੇਡਾ ਦਾ ਸਭ ਤੋਂ ਠੰਡਾ ਜਿਹੜਾ ਇਲਾਕਾ ਉਹ ਯੂਕੂਨ ਹੈ, ਇਹ ਯੂਕੁਸ ਹੈ ਰਸ਼ੀਆ ਦਾ। ਸੋ ਯੂਕੂਨ ਦਾ ਅੱਜ ਦਾ ਟੈਂਪਰੇਚਰ -8 ਹੈ, ਜਸਟ -8 ਹੈ ਨਾ, ਸੋਚ ਸਕਦੇ ਹੋ ਤੁਸੀਂ। ਮੈਂ ਕਹਿੰਦਾ ਵੀ ਬਹੁਤ ਠੰਡਾ ਕੈਨੇਡਾ, ਵੀ ਬਹੁਤ ਠੰਡਾ, ਲੇਕਿਨ ਇਸ ਰੀਜ਼ਨ ਦਾ ਕੋਈ ਮੁਕਾਬਲਾ ਨਹੀਂ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਅੱਜ ਦਾ ਸਭ ਤੋਂ ਠੰਡਾ ਟੈਂਪਰੇਚਰ ਇੱਥੇ ਤਾਂ ਚਲੋ -50-51 ਹੋ ਰਿਹਾ, ਓਮੀਆਕੋਨ ਆ ਜਿਹੜਾ ਉੱਥੇ -57 ਹੋ ਰਿਹਾ, 56 ਹੋ ਰਿਹਾ, ਸਕੂਲ ਬੰਦ ਹੋ ਗਿਆ ਬਾਈ ਦੱਸ ਰਿਹਾ ਸੀ ਅੰਦਰ, ਹੈ ਨਾ। ਸੋ ਇਹ ਆਮ ਟੈਂਪਰੇਚਰ ਹੈ ਜਿਹੜਾ ਕਿ ਕੈਨੇਡਾ ਦੇ ਵਿੱਚ ਕਿਤੇ ਰਿਕਾਰਡ ਕੀਤਾ ਗਿਆ ਸੀਗਾ ਸਾਲਾਂ ਪਹਿਲਾਂ, ਔਰ ਇੱਥੇ ਆਮ ਗੱਲ ਹੈ, ਹਿਸਾਬ ਲਾ ਸਕਦੇ ਹੋ ਤੁਸੀਂ। ਇਹ ਮੈਂ ਜਾਣਕਾਰੀ ਤਾਂ ਦੱਸ ਰਿਹਾ, ਬਹੁਤ ਸਾਰੇ ਲੋਕਾਂ ਨੂੰ ਇੱਦਾਂ ਲੱਗਦਾ ਕਿ ਹਿਸਾਬ ਲਾ ਲਓ ਕਿ ਕਿੰਨੀ ਔਖੀ ਜ਼ਿੰਦਗੀ ਹੋਊਗੀ ਕੈਨੇਡਾ ਦੇ ਵਿੱਚ, -10-15 ਤੱਕ ਹੀ ਕਿੰਨਾ ਔਖਾ ਹੋ ਜਾਂਦਾ। ਔਰ ਹਾਂ, ਕੈਨੇਡਾ ਦੇ ਵਿੱਚ ਵੀ -30-40 ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਊਗਾ, ਆਮ ਹੋਇਆ ਹੋਊਗਾ ਕਦੇ ਨਾ ਕਦੇ, ਪਰ ਆਮ ਨਹੀਂ ਹੁੰਦਾ, ਇੱਥੇ ਆਮ ਹੈ। ਦੇਖਿਓ ਹੋਣਾ ਕੀ ਹੈ ਯਾਰ, ਇਹ ਕੀ ਦਰਖਤ ਹੈ, ਇਹ ਝੜੂਗਾ ਵੀ ਨਹੀਂ ਮੈਨੂੰ ਲੱਗਦਾ ਬਰਫ਼ੇ ਦੇ ਤੋਂ, ਜਿੰਨੀ ਕਿ ਇੱਥੇ ਜੰਮ ਚੁੱਕੀ ਹੈ। ਔਰ ਕੁਛ ਦੇਖ ਨਹੀਂ ਰਿਹਾ, ਇਹ ਮੇਨ ਰੋਡ ਹੈ ਇੱਕ ਟਾਊਨ ਦੀ, ਹੈ ਔਰ ਮੈਨੂੰ ਕੁਛ ਪਤਾ ਹੀ ਨਹੀਂ ਲੱਗ ਰਿਹਾ। ਇੱਕ ਸਕਿੰਟ ਲਈ ਵੀ ਮੈਂ ਹੱਥ ਬਾਹਰ ਨਹੀਂ ਕੱਢ ਪਾ ਰਿਹਾ ਯਾਰ, ਇੰਨਾ ਜ਼ਿਆਦਾ। ਆਹ ਇੱਕ ਪੁਲ ਬਣਿਆ ਹੋਇਆ, ਜਾਂ ਨਦੀ ਹੋਊਗੀ, ਨਦੀ ਤਾਂ ਸਾਰੀ ਜੰਮੀ ਪਈ ਹੈ, ਖੈਰ ਗਰਮੀਆਂ 'ਚ ਯੂਜ਼ ਹੁਣ ਤਾਂ ਭਲਾ ਨਦੀ ਦੇ ਵਿੱਚ ਦੀ ਲੰਘ ਲਓ। ਅਤੇ ਇੱਧਰ ਆਉਣੀ ਆ ਬੱਸ ਮੇਰੀ ਪ੍ਰੀਵੀਅਸ, ਦੇਖੋ ਬਈ ਕਿਵੇਂ ਲੋਕ ਇੱਥੋਂ ਦੇ ਲੋਕਲ ਲੋਕ ਵੀ ਐਂ ਕਵਰ ਹੋਏ ਚੱਲੇ ਆ, ਅਤੇ ਮੇਰਾ ਕੀ ਹਾਲ ਹੋਊਗਾ ਤੁਸੀਂ ਸੋਚ ਸਕਦੇ ਹੋ। ਯਾਰ ਇੱਥੇ ਤਾਂ ਨੇੜੇ ਤੇੜੇ ਕੋਈ ਮਾਰਕੀਟ ਵੀ ਹੈ ਨਹੀਂ, ਜੇ ਠੰਡ ਵਾਲੀ ਲੱਗੀ ਵੜੂੰਗਾ ਕਿੱਥੇ। ਓ ਬਾਈ ਸਾਹਿਬ,
इतो मैं रोड पार करनी है जैबरा क्रॉसिंग, पर कुछ पता लग ही नहीं रहा भाई कि करनी है। मेरी बस उधरले पासे आऊगी, मैं गलत पासे आ गया। मेरे हालात की है तुम आप चेक कर लो, मैनू तो खैर पता लग नहीं रहे। मैनू ऐ लग रहा भी मेरा जम रहा जिन्हें कुछ थोन वीडियो च देख रहा होगा। मैं तो हम जो एडिट करूंगा उदो ही देखूंगा। 5 दिसंबर अज तरीक, अज वीडियो नहीं मिली होनी शायद तुम्हें कल न 6 दिसंबर वीडियो सवेरे 8 बजे मिल जूगी। बत्ती हो गई बी पार करिए, 5 सेकेंड 4 सेकेंड इतने तक गड्डिया की ब्रेक भी नहीं लगती। उत्थे आऊगी मेरी बस, पता नहीं यार आही बस सी नंगी हो गया सी बाहर। मैंने कैफे के अंदर आना पाया, इन्नी ठंड लग रही सी। लो भी कैफे तो बहर आया हूं यार, मेरी तो तसली हो गई सी बई। तुम ऐसा हाल ला लो, मैं 2 मिनट तुर के नहीं आया मेरे होस्टल तो, 100 मीटर भी नहीं आया बस स्टेशन। साफ ला लो, और फोन बंद हो गया सी। फोन ऑन किया मतलब ऑन कर दिया ही 10% आया, माड़ा जहा चार्ज लाने 71% दिखाने लग गया। आह बस जाऊगी बई 16 नंबर। बस चा माहौल ठीक है, पर बस ची भी ठंड लग रही है। हने हने बई की बस बंद हो गई सी दोबारा स्टार्ट, 3-4 बार सेल्फ मारने पे। मैं कहते नहीं होनी लो भी बस ने लाता इतने ओ जाती रही बस। हूँ मैं इतों थोड़ा जा तुरना। देखो बस च जाने ही ते अंदर कैफे जाने मेरी अखा वगैरह साफ हो गई होनी। मैं देखा हमने वीडियो के बहुत ज्यादा बी जम ही गया सी, तो जिमें थोड़ी देर बस तुरते रहेंगे, थोड़ी देर तो मैं ज्यादा कहता 1-1.5 मिनट भी, तो बस नाल दी नाल ही जमना शुरू हो जूगा। भी जी हवा की नमी है मूँह तो चिपदी है, और इदा लगता भी जिमें मत्थे का मास है। मैं हाथ लाना इट वांगू फील हों, मैनू पोला मतलब फील नहीं हों, मतलब उत्तों उत्तों जम जाती है चमड़ी। उम्मीद करता वीडियो वधिया लगी होगी, जेकर वधिया लगी है तो लाइक कमेंट शेयर जरूर करो, और थले मेरी आई डी लिखी आ रही होगी इंस्टाग्राम की, जेकर फॉलो नहीं कर रहे तो उसे फॉलो कर सकते हो। चंगा जी, सत श्री अकाल, रब रखा, मिलते हैं अगली वीडियो के।